ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੂਪਨਗਰ ਦੇ ਓਪਨ ਏਅਰ ਥੀਏਟਰ ਵਿਖੇ 8ਵੇਂ ਯੋਗ ਦਿਵਸ ਮਨਾਇਆ ਗਿਆ। ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਯੋਗ ਦਿਵਸ 1,200 ਦੇ ਕਰੀਬ ਪ੍ਰਤੀਭਾਗੀਆਂ ਨੇ ਸਹਿਯੋਗ ਵਿੱਚ ਅਭਿਆਸ ਕੀਤਾ। ਜੀ ਇੰਟਰਨੈਸ਼ਨਲ ਯੋਗਾ ਡੇ ਮਨਾਇਆ, ਬਹੁਤ ਪ੍ਰਾਊਡ ਫੀਲ ਕਰਦਾ ਹੁੰਦਾ ਹੈਗਾ ਕਿ ਜੀ ਸਾਡੀ ਜੋ ਇਨਸ਼ੈਂਟ ਚਲੀ ਆ ਰਹੀ ਹੈਗੀ ਹੈਲਥ ਵਾਸਤੇ ਯੋਗਾ ਜਿਸਨੂੰ ਕਹਿੰਦੇ ਹਾਂ, ਉਹ ਅੱਜ ਇਸ ਸਤਰ 'ਤੇ ਮਨਾਇਆ ਜਾ ਰਿਹਾ। ਅਤੇ ਇਸ ਵਾਰ ਦੀ ਥੀਮ ਹੈਗੀ ਯੋਗਾ ਫੋਰ ਹਿਊਮੈਨਿਟੀ। ਤਾਂ ਸਾਰਿਆਂ ਨੂੰ ਇਹੀ ਅਪੀਲ ਹੈਗੀ ਕਿ ਸਵਸਥ ਰਹੋ, ਆਪਣੀ ਫੈਮਿਲੀ ਨੂੰ ਸਵਸਥ ਰੱਖੋ ਅਤੇ ਹੈਪੀ ਰਹੋ। ਯੋਗ ਦਿਹਾੜਾ ਪੂਰੇ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ, ਉੱਥੇ ਹੀ ਬਜ਼ੁਰਗ ਸਾਨੂੰ ਮਿਲੇ ਨੇ ਯੋਗ ਦਿਹਾੜਾ ਮਨਾ ਅਤੇ ਪਾਰਟੀਸਪੇਟ ਕਰਦੇ ਹੋਏ ਸਰਕਾਰੀ ਕੋਲ ਵਿਆਹ ਗੱਲ ਕਰਦੇ ਹਾਂ। ਕੀ ਨਾਮ ਹੈ, ਕਿੱਦਾਂ ਦਾ? ਮੈਂ ਮਹਿੰਦਰ ਕੁਮਾਰ ਜੈਨ, ਪਤੰਜਲੀ ਯੋਗ ਪੀਠ ਔਰ ਆਤਮ ਜੀਵਨ ਕਲਿਆਣ ਮੰਡਲ ਔਰ ਪਸ਼ੂ ਕਰੂਰਤਾ ਨਿਵਾਰਨ ਸੁਸਾਇਟੀ, ਜਿਹੜੇ ਉਹਨਾਂ ਦੇ ਨਾਲ ਸੰਬੰਧਿਤ। ਲੇਕਿਨ ਮਨ ਦੇ ਅੰਦਰ ਤੜਪ ਔਰ ਇੱਛਾ ਇਹੀ ਹੈ ਕਿ ਸੰਸਾਰ ਦੇ ਸਭ ਲੋਕ, ਸਭ ਜੀਵ ਜਿਹੜੇ ਸੁਖੀ ਰਹਿਣ। ਅਗਰ ਉਹਨਾਂ ਨੇ ਸੁਖੀ ਹੋਣਾ ਹੈ ਤਾਂ ਤੰਦਰੁਸਤ ਹੋਣਾ, ਉਹਨਾਂ ਦਾ ਨਿਰੋਗ ਹੋਣਾ ਬਹੁਤ ਜ਼ਰੂਰੀ ਹੈ। ਮੋਦੀ ਜੀ ਨੇ ਅੱਜ ਤੋਂ 7 ਸਾਲ ਪਹਿਲੇ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਪ੍ਰਾਰੰਭ ਕੀਤਾ, ਸਾਰੇ ਦੁਨੀਆ ਦੇ 200 ਦੇਸ਼ਾਂ ਨੇ ਜਿਸ ਨੂੰ ਅਪਣਾ ਲਿਆ। ਅੱਜ ਰੋਪੜ ਵਿੱਚ ਵੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਔਰ ਇਹ ਸਾਰਾ ਪ੍ਰੋਗਰਾਮ ਇੱਥੇ ਕੀਤਾ ਹੈ ਔਰ ਸਾਰਿਆਂ ਨੂੰ ਸਾਡੇ ਵੱਲੋਂ ਯੋਗਾਸਨ ਦੇ ਚਾਰਟ ਵੀ ਔਰ ਇੱਥੇ ਦੀ ਡੈਕੋਰੇਸ਼ਨ ਕਰਕੇ ਲੋਕਾਂ ਨੂੰ ਆਯੁਰਵੈਦਿਕ ਜੜੀ ਬੂਟੀਆਂ ਦੇ ਪੌਦੇ ਵੀ ਜੰਗਲਾਤ ਵਿਭਾਗ ਵੱਲੋਂ ਸਭ ਕੁਝ ਦਿੱਤੇ ਗਏ ਨੇ। ਔਰ ਅਸੀਂ ਬੇਨਤੀ ਕਰਦੇ ਹਾਂ ਕਿ ਆਉਣੇ ਵਾਲੀ ਪੀੜ੍ਹੀ ਜਿਹੜੀ ਹੈ, ਆਉਣੇ ਵਾਲੇ ਬੱਚੇ ਜਿਹੜੇ ਹੈ, ਉਹਨਾਂ ਨੂੰ ਜ਼ਰੂਰ ਯੋਗ ਦੇ ਨਾਲ, ਪ੍ਰਾਣਾਯਾਮ ਦੇ ਨਾਲ ਔਰ ਸਵਦੇਸ਼ੀ ਦੇ ਨਾਲ ਜੋੜ ਦੇਣਾ ਚਾਹੀਦਾ ਹੈ ਤਾਂ ਕਿ ਸਾਡਾ ਦੇਸ਼ ਸੁਖੀ ਹੋਵੇ, ਕੋਈ ਰੋਗੀ ਨਾ ਹੋਵੇ, ਹਸਪਤਾਲਾਂ ਦੀ ਭੀੜ ਘਟੇ, ਡਾਕਟਰਾਂ ਦੇ ਕੋਲ ਪੈਸੇ ਦੇ ਕੇ ਆਪਣੇ ਆਪ ਨੂੰ ਬਰਬਾਦ ਨਾ ਕਰੀਏ। ਅਸੀਂ ਸੇਵਾ 'ਚ ਪੈਸਾ ਲਗਾਈਏ, ਪੜ੍ਹਾਈ 'ਚ ਪੈਸਾ ਲਗਾਈਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਦਿਨ ਦੀ ਸਭ ਨੂੰ ਵਧਾਈ ਵੀ ਦਿੰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਨਿਰੋਗੀ ਬਣੋ, ਯੋਗੀ ਬਣੋ, ਉਪਯੋਗੀ ਬਣੋ। ਧੰਨਵਾਦ। ਇਹੀ ਹੈ ਵੀ ਜੋ ਮੋਦੀ ਸਾਹਿਬ ਨੇ ਯੋਗਾ ਸਾਰੀ ਦੁਨੀਆ 'ਚ ਫੈਲਾਇਆ ਹੈ, ਸਭ ਨੂੰ ਫਾਇਦਾ ਉਠਾਉਣਾ, ਇਹਨੂੰ ਜ਼ਿੰਦਗੀ ਦਾ ਹਿੱਸਾ ਬਣਾਓ। ਖਾਣਾ ਪੀਣਾ ਹੈ ਯੋਗ, ਇੱਕ ਅੱਧਾ ਘੰਟਾ ਵੀ ਤੁਸੀਂ ਦਿਓਗੇ ਕਦੇ ਬਿਮਾਰ ਨਹੀਂ ਹੋਵੋਗੇ। ਸੋ ਸਾਡੀ, ਅਸੀਂ ਇਹੀ ਵਿਸ਼ ਕਰਦੇ ਹਾਂ ਸਾਰਾ ਹਿੰਦੁਸਤਾਨ ਸੁਖੀ ਹੋਵੇ, ਸਾਰਿਆਂ ਦੀ ਸਿਹਤ ਬਣੇ, ਉਹਦੇ ਨਾਲ ਹੀ ਹੈਲਥ ਇਜ਼ ਵੈਲਥ। ਸੋ ਇਹੀ ਮੈਸੇਜ ਹੈ ਅੱਜ ਦੇ ਦਿਨ ਮੋਦੀ ਸਾਹਿਬ ਦਾ ਕਿ ਘਰ ਘਰ ਯੋਗਾ ਹੋਵੇ ਤਾਂ ਕਿ ਆਪਾਂ ਸਾਰੇ ਸੁਖੀ ਵਸੀਏ ਅਤੇ ਦੇਸ਼ ਨੂੰ ਅੱਗੇ ਵਧਾਈਏ। ਦੇਖੋ ਜੀ, ਸਾਰੇ ਤੋਂ ਪਹਿਲੇ ਤਾਂ ਸਾਨੂੰ ਸਭ ਤੋਂ ਪਹਿਲਾਂ ਯੋਗ ਦੇ ਬਾਰੇ 'ਚ ਹੈ ਕਿ ਸਾਰਿਆਂ ਨੂੰ ਸਵੇਰੇ ਉੱਠ ਕੇ ਯੋਗ ਦੇ ਵਾਸਤੇ ਅੱਧਾ ਤੋਂ 1 ਘੰਟਾ ਲਾਉਣਾ ਚਾਹੀਦਾ। ਅਤੇ ਬੂਟੇ ਦਾ ਜਿਹੜਾ ਜੇ ਮਤਲਬ ਹੈ ਕਿ ਬੂਟੇ ਜਿੰਨੇ ਅਸੀਂ ਆਯੁਰਵੈਦਿਕ ਪੌਦੇ ਲਾਵਾਂਗੇ ਉਹ ਸਾਡੀ ਜਿਹੜੀ ਜੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ। ਹਵਾ ਵਾਤਾਵਰਨ ਵੀ ਅੱਜ ਕਿੰਨਾ ਪ੍ਰਦੂਸ਼ਿਤ ਹੈ, ਉਹਨੂੰ ਸ਼ੁੱਧ ਕਰਨ ਵਾਸਤੇ ਪੌਦਿਆਂ ਦੀ ਬਹੁਤ ਜ਼ਰੂਰਤ ਹੈ। ਅਤੇ ਸਾਰੇ ਤੋਂ ਵੱਡੀ ਚੀਜ਼ ਹੈ ਕਿ ਦੇਸ਼ ਦੇ ਵਿੱਚ ਜਿਹੜੀ ਇਸ ਟਾਈਮ ਸਵਦੇਸੀ ਅਭਿਆਨ ਬਹੁਤ ਜ਼ਿਆਦਾ ਚੱਲ ਰਿਹਾ, ਉਹਨੂੰ ਅੱਗੇ ਹੋਰ ਵਧਾਉਣਾ ਚਾਹੀਦਾ। ਸਵਦੇਸੀ ਚੀਜ਼ਾਂ ਦਾ ਯੂਜ਼ ਕਰੋ, ਆਪਣੇ ਘਰਾਂ ਦੇ ਨੇੜੇ ਦੁਆਲੇ ਜਿੰਨੇ ਵੀ ਹੈ ਸਵਦੇਸੀ ਕੇਂਦਰ ਹੈ ਉਹਨਾਂ ਤੋਂ ਸਮਾਨ ਲਓ ਅਤੇ ਸਾਰਾ ਜਿਹੜੇ ਦੇਸ਼ ਵਿਦੇਸ਼ ਤੋਂ ਚੰਗਾ ਕਿ ਦੇਸੀ ਸਮਾਨ ਨੂੰ ਵਰਤੋਂ ਚਲਾਓ। ਅਤੇ ਇਹੀ ਸਾਡਾ ਸੰਦੇਸ਼ ਹੈ ਸਾਰਿਆਂ ਨੂੰ ਯੋਗ ਦਿਵਸ ਦੀ ਬਹੁਤ ਬਹੁਤ ਸ਼ੁਭਕਾਮਨਾ। ਇੱਕ ਇਹ ਤਾਂ ਸਾਡਾ ਦੇਸ਼ ਉੱਨਤ ਕਰੇਗਾ, ਦੇਸ਼ ਦੇ ਵਿੱਚ ਸਾਡੇ ਜਿਹੜੇ ਜੇ ਹੈ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ ਅਤੇ ਸਾਡੀ ਜਿਹੜੀ ਜੇ ਹੈ GDP ਵਗੈਰਾ ਵੀ ਵਧੂਗੀ। ਇਹਦੇ ਵਾਸਤੇ ਜ਼ਰੂਰੀ ਹੈ ਕਿ ਆਪਣੇ ਲੋਕਲ ਜਿਹੜਾ ਜੇ ਹੈ ਪਰਚੇਜ਼ ਕਰੋ ਜਿੰਨਾ ਹੋ ਸਕੇ, ਵੱਧ ਤੋਂ ਵੱਧ। ਧੰਨਵਾਦ। ਹਾਂਜੀ ਬੋਲੀ। ਅੱਜ ਦੇ ਜਿਹੜਾ ਅੰਤਰਰਾਸ਼ਟਰੀ ਯੋਗ ਦਿਵਸ ਹੈ ਉਸਦੇ ਮੌਕੇ 'ਤੇ ਅਸੀਂ ਇੱਕ ਆਪਣਾ ਦਿਲ ਦੀ ਭਾਵਨਾ ਰੱਖਣੀ ਚਾਹੁੰਦੇ ਹਾਂ ਕਿ ਜਿੱਥੇ ਅੱਜ ਅਸੀਂ ਆਪਣਾ ਐਡਾ ਬੜਾ ਯੋਗ ਦਿਵਸ ਮਨਾ ਰਹੇ ਹਾਂ ਉੱਥੇ ਅੱਜ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਸਾਡੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਮੈਡੀਕਲ ਨਸ਼ਿਆਂ ਵਿੱਚ, ਦੂਜੇ ਨਸ਼ਿਆਂ ਵਿੱਚ, ਦਾਰੂ ਵਿੱਚ ਇਹਨਾਂ ਤੋਂ ਗੁਰੇਜ਼ ਕਰੇ। ਅਤੇ ਪਲੱਸ ਘਰ ਜਿਹੜੇ ਘਰਾਂ ਵਿੱਚ ਮਾਸ, ਮੀਟ, ਮੱਛੀ, ਅੰਡਾ ਦਾ ਸੇਵਨ ਕੀਤਾ ਜਾਂਦਾ ਹੈ ਉਹਨੂੰ ਬੰਦ ਕੀਤਾ ਜਾਵੇ, ਸਾਡਾ ਸਰੀਰ ਕਬਰਿਸਤਾਨਾਂ ਵੱਲ ਨਾ ਜਾਵੇ। ਭਾਰਤ ਕਿਹਾ ਸਾਡੇ ਜੈਨ ਸਾਹਿਬ ਨੇ ਵੀ ਸਾਰੀ ਉਮਰ ਹੋ ਗਈ ਕੋਈ ਦਵਾਈ ਨਹੀਂ ਲਈ। ਮੈਂ ਵੀ 84 ਸਾਲ ਦਾ ਹੋ ਗਿਆ ਐਂਡ ਮੈਂ ਵੀ ਹੁਣ ਪਿਛਲੇ 26 ਸਾਲਾਂ ਤੋਂ 1 ਪੈਸਾ ਦਵਾਈ 'ਤੇ ਨਹੀਂ ਲਾਇਆ ਹੈ। ਤੋ ਸਾਡੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ ਵੀ ਯੋਗਾ ਡੇਲੀ ਇਹਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਐਂਡ ਆਪਣਾ ਖਾਣ ਪੀਣ 'ਤੇ ਮੇਨ ਕੰਟਰੋਲ ਕਰੋ। ਟਾਈਮ ਸਿਰ ਖਾਓ, ਟਾਈਮ ਸਿਰ ਸੌਂ, ਕੋਈ ਬਿਮਾਰੀ ਨੇੜੇ ਨਹੀਂ ਆਏਗੀ। ਥੈਂਕ ਯੂ।
महेंद्र कुमार जैन, रोपड़ का रहने वाला हाँ, रोपड़ का जमपाल हाँ, और एक अजिहे परिवार के अंदर उस परमात्मा का धन्यवाद करता हाँ जिन्हें मैनू मानव का चोला दिता और ऐसा परिवार दिता, ऐसे माता पिता दते जिन्होंने मेरा जीवन बना दिता, मैनू चंगे पासे लगा दिता, और उस तो बाद अजिहे विद्यालय, ऐसे स्कूल सर मैनू मिले, ऐसे सभा सुसायटियां मिलिया, राष्ट्रीय स्वयंसेवक संघ का संसेवक बन गया, और इसका लाभ मैनू इन्ना होया कि मैं अज 83 साल की उम्र तक भी जिंदगी दे अंदर कभी किसी किस्म का कदना तो नशा तो सवाल ही नहीं पैदा होता, लेकिन जिंदगी कभी एक पैसे की भी कोई एलोपैथिक मेडिसन नहीं लती। साड़िया घर के अंदर जो कुछ भी असी दाल दलिया नमक मिर्च जीरा धनिया जो कुछ भी लेंदे हाँ ये सारा आयुर्वेद है, और ये आयुर्वेद और योग ने अगर असी सुखी रहना है तो इनू अपनाना पड़ेगा, और जरूर अपनाओ, सारे सुखी रहो, यही मेरी शुभकामना है। धन्यवाद, बहुत बहुत, भारत माता की जय।